ਚੋਰਾਂ ਦੇ ਵੱਲੋਂ ਇੱਕੋ ਰਾਤ ਨੂੰ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਦੁਕਾਨਦਾਰ ਆਪਣੀ ਦੁਕਾਨਾਂ ਨੂੰ ਬੰਦ ਕਰਕੇ ਘਰ ਵਾਪਸ ਗਏ ਤਾਂ ਸਵੇਰੇ ਆ ਕੇ ਦੇਖਿਆ ਇੱਕ ਤੋਂ ਬਾਅਦ ਇੱਕ ਕਰਕੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀ। ਤਾਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪਤਾ ਲੱਗਿਆ ਕਿ ਕੁੱਲ ਇਲਾਕੇ ਦੇ ਵਿੱਚ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਨੇ, ਜਿਸ ਦੇ ਕਾਰਨ ਹੁਣ ਦੁਕਾਨਦਾਰਾਂ ਦੇ ਵਿੱਚ ਵੀ ਭਾਰੀ ਰੋਸ ਹੈ। ਤਾਂ ਇਸ ਦੀ ਸ਼ਿਕਾਇਤ ਵੀ ਹੁਣ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ, ਜਿੱਥੇ ਇੱਕੋ ਰਾਤ ਚਾਰ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ। ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੇ ਨਾਲ ਚੋਰੀਆਂ ਹੋ ਰਹੀਆਂ ਨੇ, ਉਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਚੋਰ ਨੇ ਉਹ ਬਿਲਕੁਲ ਹੀ ਬੇਖੌਫ ਨਜ਼ਰ ਆ ਰਹੇ ਨੇ ਅਤੇ ਬੇਖੌਫ ਹੋ ਕੇ ਹੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਾਂ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਤਾਂ ਕਿਤਾਬਾਂ ਵਾਲੀ ਦੁਕਾਨ, ਦੂਸਰੀ ਹੇਅਰ ਡਰੈਸਰ, ਤੀਸਰੀ ਕੱਪੜੇ ਵਾਲੀ ਅਤੇ ਚੌਥੀ ਦੁਕਾਨ ਜੋ ਹੈ ਉਹ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਸਾਡੇ ਰਾਤੀ ਕੋਈ ਚੋਰ ਆਏ ਅਤੇ ਉਹਨਾਂ ਨੇ ਸਾਡਾ ਦਰਵਾਜ਼ਾ ਭੰਨ ਕੇ ਥੱਲਿਓ ਸਾਡੇ 10 ਤੋਂ 15 ਹਜ਼ਾਰ ਰੁਪਏ ਦੇ ਨਗਦ ਪੈਸੇ ਪਏ ਸੀ ਉਹ ਚੱਕ ਕੇ ਲੈ ਗਏ, ਨਾਲ ਸਾਡੇ ਉੱਪਰ ਚਾਰ ਦੁਕਾਨਾਂ ਦੇ ਹੋਰ ਵੀ ਸ਼ਟਰ ਤੋੜੇ ਹੋਏ ਆ। ਹਾਂਜੀ, ਸਾਰੀਆਂ ਦੁਕਾਨਾਂ ਉੱਪਰ ਭੰਨ ਤੋੜ ਕੀਤੀ ਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? 10 ਤੋਂ 15 ਹਜ਼ਾਰ ਰੁਪਏ ਦੀ ਨਗਦੀ ਲੈ ਗਏ, ਨਹੀਂ ਸਮਾਨ ਕੁਝ ਨਹੀਂ ਲੈ ਗਏ। ਸਾਡੇ ਉੱਪਰੋਂ ਆਏ ਆ ਅਤੇ ਚੋਰੀ ਕਰਕੇ ਲੈ ਗਏ, ਸਿਰਫ 4 ਕੁ ਹਜ਼ਾਰ ਦੀ ਨੁਕਸਾਨ ਕੋਈ ਨਹੀਂ ਕੀਤਾ, 4 ਹਜ਼ਾਰ ਚੋਰੀ ਕਰ। ਹਾਂਜੀ, ਪੁਲਿਸ ਵਗੈਰਾ ਮੌਕਾ ਦੇ ਗਿਆ ਜੀ। ਬਾਕੀ ਹਾਂਜੀ, ਕੀ ਮੰਗ ਕਰਦੇ ਸਾਨੂੰ? ਬਾਜੀ, ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰੇਖ ਕਰਨ ਅਤੇ ਰਾਤ ਨੂੰ ਆਪਣੀ ਗੁਜ਼ਾਰਿਸ਼ ਕਰਨ, ਅਤੇ ਇਸ ਕਰਕੇ ਵੀ ਹੁਣ ਚੋਰਾਂ ਦੇ ਵੱਲੋਂ ਇੱਕੋ ਰਾਤ ਨੂੰ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਦੁਕਾਨਦਾਰ ਆਪਣੀ ਦੁਕਾਨਾਂ ਨੂੰ ਬੰਦ ਕਰਕੇ ਘਰ ਵਾਪਸ ਗਏ ਤਾਂ ਸਵੇਰੇ ਆ ਕੇ ਦੇਖਿਆ ਇੱਕ ਤੋਂ ਬਾਅਦ ਇੱਕ ਕਰਕੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀ। ਤਾਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪਤਾ ਲੱਗਿਆ ਕਿ ਕੁੱਲ ਇਲਾਕੇ ਦੇ ਵਿੱਚ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਨੇ, ਜਿਸ ਦੇ ਕਾਰਨ ਹੁਣ ਦੁਕਾਨਦਾਰਾਂ ਦੇ ਵਿੱਚ ਵੀ ਭਾਰੀ ਰੋਸ ਹੈ। ਤਾਂ ਇਸ ਦੀ ਸ਼ਿਕਾਇਤ ਵੀ ਹੁਣ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ, ਜਿੱਥੇ ਇੱਕੋ ਰਾਤ ਚਾਰ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ। ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੇ ਨਾਲ ਚੋਰੀਆਂ ਹੋ ਰਹੀਆਂ ਨੇ, ਉਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਚੋਰ ਨੇ ਉਹ ਬਿਲਕੁਲ ਹੀ ਬੇਖੌਫ ਨਜ਼ਰ ਆ ਰਹੇ ਨੇ ਅਤੇ ਬੇਖੌਫ ਹੋ ਕੇ ਹੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਾਂ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਤਾਂ ਕਿਤਾਬਾਂ ਵਾਲੀ ਦੁਕਾਨ, ਦੂਸਰੀ ਹੇਅਰ ਡਰੈਸਰ, ਤੀਸਰੀ ਕੱਪੜੇ ਵਾਲੀ ਅਤੇ ਚੌਥੀ ਦੁਕਾਨ ਜੋ ਹੈ ਉਹ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਸਾਡੇ ਰਾਤੀ ਕੋਈ ਚੋਰ ਆਏ ਅਤੇ ਉਹਨਾਂ ਨੇ ਸਾਡਾ ਦਰਵਾਜ਼ਾ ਭੰਨ ਕੇ ਥੱਲਿਓ ਸਾਡੇ 10 ਤੋਂ 15 ਹਜ਼ਾਰ ਰੁਪਏ ਦੇ ਨਗਦ ਪੈਸੇ ਪਏ ਸੀ ਉਹ ਚੱਕ ਕੇ ਲੈ ਗਏ, ਨਾਲ ਸਾਡੇ ਉੱਪਰ ਚਾਰ ਦੁਕਾਨਾਂ ਦੇ ਹੋਰ ਵੀ ਸ਼ਟਰ ਤੋੜੇ ਹੋਏ ਆ। ਹਾਂਜੀ, ਸਾਰੀਆਂ ਦੁਕਾਨਾਂ ਉੱਪਰ ਭੰਨ ਤੋੜ ਕੀਤੀ ਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? 10 ਤੋਂ 15 ਹਜ਼ਾਰ ਰੁਪਏ ਦੀ ਨਗਦੀ ਲੈ ਗਏ, ਨਹੀਂ ਸਮਾਨ ਕੁਝ ਨਹੀਂ ਲੈ ਗਏ। ਸਾਡੇ ਉੱਪਰੋਂ ਆਏ ਆ ਅਤੇ ਚੋਰੀ ਕਰਕੇ ਲੈ ਗਏ, ਸਿਰਫ 4 ਕੁ ਹਜ਼ਾਰ ਦੀ ਨੁਕਸਾਨ ਕੋਈ ਨਹੀਂ ਕੀਤਾ, 4 ਹਜ਼ਾਰ ਚੋਰੀ ਕਰ। ਹਾਂਜੀ, ਪੁਲਿਸ ਵਗੈਰਾ ਮੌਕਾ ਦੇ ਗਿਆ ਜੀ। ਬਾਕੀ ਹਾਂਜੀ, ਕੀ ਮੰਗ ਕਰਦੇ ਸਾਨੂੰ? ਬਾਜੀ, ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰੇਖ ਕਰਨ ਅਤੇ ਰਾਤ ਨੂੰ ਆਪਣੀ ਗੁਜ਼ਾਰਿਸ਼ ਕਰਨ,
ਅਤੇ ਇਸ ਕਰਕੇ ਫਿਰ ਹੁਣ